ਮੈਂ ਛੋਟਾ ਜਿਹਾ ਹੁੰਦਾ ਸੀ ਨਾ 10-12 ਕੁ ਸਾਲ ਦਾ, ਅਤੇ ਮੈਂ ਕਲਾਸ 'ਚ ਜਾਂਦਾ ਸੀ ਵੇਖਦਾ, ਮੈਂ ਹਜਾ ਲਾ ਮੈਨੂੰ ਵੀ ਬਾਜੀ ਦਿੰਦਾ ਅਤੇ ਮੈਂ ਵੀ ਖੇਡਦਾ। ਜਿਵੇਂ ਆਪਣਾ ਆਪ ਸੋਚਿਆ ਸੀ, ਖਾਲੀ ਟੇਬਲ ਹੁੰਦਾ ਸੀ ਅਤੇ ਜਦੋਂ ਵੀ ਕਲੱਬ ਜਾਂਦੇ ਤਾਂ ਖਾਲੀ ਟੇਬਲ ਮੂੰਹ ਨਾਲ ਖੇਡਣ ਲੱਗ ਪੈਂਦਾ, ਤਾਂ ਆਪੇ ਵੇਲੇ ਵੇਲੇ ਜਾ ਰਿਹਾ। ਆਉਂਦਾ ਸੀਗਾ, ਕਹਿੰਦਾ ਸੀਗਾ ਯਾਰ ਮੈਨੂੰ ਵੀ ਖਿਲਾਓ, ਮੈਂ ਵੀ ਖੇਡਣਾ ਹੈਗਾ ਪਲੇਅਰਾਂ ਨੂੰ। ਅਸੀਂ ਤਾਂ ਇਹਨੇ ਬਾਜ਼ੂ ਵੇਖ ਕੇ ਕਿਹਾ ਕਿ ਕੋਈ ਨਹੀਂ ਖੇਡ ਹੋਣਾ, ਇਹ ਮੂੰਹ ਨਾਲ ਖੇਡਦਾ ਸੀਗਾ। ਕਹਿੰਦਾ ਯਾਰ ਮੇਰੀ ਇੱਕ ਅੱਧੀ ਗੇਮ ਦੇਖ ਲਓ ਫਿਰ ਮੈਨੂੰ ਖਿਲਾ ਦਿਓ। ਕਹਿੰਦੇ ਗੇਮ ਵੇਖੀ, ਮਾਸ਼ਾਅੱਲਾ ਬਹੁਤ ਅੱਛਾ ਖੇਡਦਾ ਸੀ, ਇਹਨੂੰ ਖੇਡਣ ਦਿੱਤਾ, ਪਲੇਅਰਾਂ ਕੋਲ ਜਿੱਤਦਾ ਵੀ ਆ ਹਾਰਦਾ ਵੀ ਆ, ਬਹੁਤ ਅੱਛਾ ਖੇਡਦਾ ਹੈਗਾ। ਟੂਰਨਾਮੈਂਟ ਵੀ ਜਿੱਤਿਆ ਹੋਇਆ ਸੀ, ਪਿੱਛੋਂ ਫਸਟ ਇਨਾਮ ਲਿਆ ਸੀ ਇਹਨੇ। ਫਿਰ ਸਾਡੇ ਇਹਨੇ ਹੋਸ਼ ਗੁੰਮ ਕਰਦੇ ਸੀ ਗੇਮ ਖੇਡ ਕੇ, ਫਿਰ ਐਸਾ ਅਸੀਂ ਇਹਦਾ ਖਿਆਲ ਕਰਨਾ ਸ਼ੁਰੂ ਕਰਤਾ, ਨਹੀਂ ਭਾਈ ਆ ਸਾਡਾ। ਅਸੀਂ ਜਿਹੜਾ ਨਾ ਉੱਥੇ ਜਾ ਕੇ ਤਾਂ ਨਹੀਂ ਵੇਖ ਸਕੇ, ਪਰ ਦੁਨੀਆ ਸਾਨੂੰ ਵਿਖਾ ਰਹੀ ਹੈ ਵੀ ਤੁਹਾਡਾ ਬੇਟਾ ਬਹੁਤ ਸਾਰੀ ਦੁਨੀਆ 'ਤੇ ਫੈਲ ਗਿਆ ਹੈ, ਵੀ ਖੇਡ ਰਿਹਾ ਹੈ, ਕੰਮ ਬਹੁਤ ਅੱਛਾ ਕਰ ਰਿਹਾ, ਬਹੁਤ ਜਿਹੜਾ ਨਾ ਦੁਨੀਆ ਵੀ ਖੁਸ਼ ਹੋ ਰਹੀ, ਬਲਕਿ ਅਸੀਂ ਤਾਂ ਦੁਨੀਆ ਨਾਲ ਵੀ ਜ਼ਿਆਦਾ ਖੁਸ਼ ਹਾਂ, ਕਿਉਂਕਿ ਸਾਡਾ ਪੇਟ ਮੇਰਾ ਵੀ ਅੱਲਾਹ ਤਾਲਾ ਨੇ ਬਾਜੂ ਨਹੀਂ ਦਿੱਤੇ, ਅੱਲਾਹ ਪਾਕ ਨੇ ਮੈਨੂੰ ਵੀ ਹਿੰਮਤ ਦਿੱਤੀ ਹੈ ਅਤੇ ਮੈਂ ਵੀ ਆਪਣਾ ਸ਼ੌਂਕ ਪੂਰਾ ਕਰਨਾ, ਅਤੇ ਦਿਲ ਛੋਟਾ ਨਾ ਕੋਈ ਕਰੋ, ਆਪਣਾ ਆਪਣਾ ਸ਼ੌਂਕ ਪੂਰਾ ਕਰੋ।